ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲੈ ਕੇ ਆਏ ਹਾਂ ਜੀ ਨਵਾਂ ਨੋਟੀਫਿਕੇਸ਼ਨ ਹੈਲਥ ਡਿਪਾਰਟਮੈਂਟ ਦੀ ਵੈਕੈਂਸੀ ਹੈ ਜੀ ਸੈਲਰੀ ਰਹਿਣ ਵਾਲੀ ਹੈ ਤੁਹਾਡੇ 40000 ਠੀਕ ਹੈ ਜੀ ਸਿਹਤ ਅਤੇ ਮੈਡੀਕਲ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਕੱਢਿਆ ਗਿਆ ਵਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਹੈ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਦਬੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰੋ ਡਿਸਕ੍ਰਿਪਸ਼ਨ ਵਿੱਚ ਜਾ ਕੇ ਆਪਣੇ ਟੈਲੀਗ੍ਰam ਤੇ ਇੰਸਟਾਗ੍ਰam ਚੈਨਲਾਂ ਨੂੰ ਜ਼ਰੂਰ ਫੋਲੋ ਕਰ ਲਿਓ ਠੀਕ ਹੈ ਜੀ ਸੋ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਤੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਕੱਢਿਆ ਗਿਆ ਵਾ ਜੀ ਐਡਵਰਟਾਈਜ਼ਮੈਂਟ ਡਿਪਾਰਟਮੈਂਟ ਆਫ ਆਬਸਟੈਕਸਿਸ ਐਂਡ ਗਾਇਨੋਕੋਲੋਜੀ ਪੀਜੀ ਮੀਆਰ ਚੰਡੀਗੜ੍ਹ ਯਾਨੀ ਕਿ ਪਜੀ ਆਈ ਵੱਲੋਂ ਕੱਢਿਆ ਗਿਆ ਜੀ ਪੋਸਟ ਦਾ ਨਾਮ ਹੈ ਪੋਸਟ ਹੈਗੀ ਹੈ ਜੀ ਸੀਨੀਅਰ ਰਿਸਰਚ ਫੈਲੋ ਨੰਬਰ ਆਫ ਪੋਸਟਸ 1 ਐਸੈਂਸ਼ੀਅਲ ਕੁਆਲਿਫਿਕੇਸ਼ਨ ਤੁਹਾਨੂੰ ਐਮਬੀਬੀਐਸ ਬੀਡੀਐਸ ਵਿਦ ਐਮਪੀਐਚ ਵਿਦ 2 ਇਅਰ ਆਫ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਫਿਜ਼ੀਕਲ ਵਿਜ਼ਿਟ ਟੂ ਤੁਸੀਂ ਜਾਣਾ ਹੋਵੇਗਾ ਵਿਜ਼ਿਟ ਕਰਨਾ ਹੋਵੇਗਾ ਠੀਕ ਆ ਜੋ ਆਹ ਰਿਸਪੌਂਸਿਬਿਲਟੀਆਂ ਨੇ ਜਿਹੜੀਆਂ ਹਸਪੀਟਲਸ ਰਿਪੋਰਟ ਰੇਟਿੰਗ ਐਂਡ ਡਾਟਾ ਐਨਾਲਾਈਜ਼ ਵੈਰੀਫਿਕੇਸ਼ਨ ਠੀਕ ਹੈ ਜੀ ਸੈਲਰੀ ਪੈਕੇਜ ਬਹੁਤ ਵਧੀਆ 40000 ਰਹਿਣ ਵਾਲਾ ਤੁਹਾਡਾ ਅਪਲਾਈ ਕਿੱਦਾਂ ਕਰ ਸਕਦੇ ਹੋ ਜੀ ਠੀਕ ਹੈ ਜੀ ਡਿਊਰੇਸ਼ਨ ਆ ਹਾਂ ਜੀ ਇਹ ਕੰਟਰੈਕਟ بیس ਹੈ ਜੀ ਡਿਊਰੇਸ਼ਨ ਵੀ ਦੱਸੀ ਹੋਈ ਆ ਠੀਕ ਹੈ ਜੀ ਤੇ ਜਿਹੜੇ ਇੰਟਰਸਟਿਡ ਕੈਂਡੀਡੇਟ ਟੂ ਸੈਂਡ देयर ਬਰੀਫ ਬਾਇਓ ਡਾਟਾ ਠੀਕ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਆਹ ਜਿਹੜੀ ਮੇਲ ਆਈਡੀ ਇਹਦੇ ਤੇ ਸੈਂਡ ਕਰਨਾ ਹੋਵੇਗਾ 24 ਫਰਵਰੀ ਸ਼ਾਮ 5 ਵਜੇ ਤੱਕ ਠੀਕ ਹੈ ਜੀ एलिजिਬਲ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਸੋ ਉਮੀਦ ਹੈ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਮਿਲਦੇ ਆ ਨਵੀਂ ਇਨਫੋਰਮੇਸ਼ਨ ਲੈ ਕੇ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਵੋ ਹਰ ਤਰ੍ਹਾਂ ਦੀ ਮੈਡੀਕਲ ਫੀਲਡ ਦੀ ਹਰ ਤਰ੍ਹਾਂ ਦਾ ਜੋਬ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ